ਪੰਜਾਬ ਦੇ ਵਿੱਚ ਬੱਚਾ ਗਰੋਹ ਗੈਂਗ ਜਿਹੜਾ ਲਗਾਤਾਰ ਫੈਲਦਾ ਜਾ ਰਿਹਾ, ਕਿਉਂਕਿ ਕਿਸੇ ਨੇ ਬੱਚਾ ਅਡੋਪਟ ਕਰਨਾ, ਤਾਂ ਪ੍ਰੋਸੈਸ ਕੀ ਹੈ? ਜਿੰਨੇ ਵੀ ਬੱਚੇ ਸਾਡੇ ਕੋਲ ਆਉਂਦੇ ਨੇ ਜਿਹੜੇ ਕਿਡਨੈਪ ਹੋ ਜਾਂਦੇ ਨੇ ਜਾਂ ਇਸ ਤਰ੍ਹਾਂ ਚਾਈਲਡ ਟ੍ਰੈਫਿਕਿੰਗ ਦੇ ਥਰੂ ਸਾਡੇ ਕੋਲ ਆਉਂਦੇ ਨੇ, ਇਹਨਾਂ ਨੂੰ ਅਸੀਂ ਆਪਣੀ ਅਡੋਪਸ਼ਨ ਏਜੰਸੀ ਦੇ ਵਿੱਚ ਰੱਖਦੇ ਹਾਂ। ਸੋ ਅਗਰ ਕਿਸੇ ਨੇ ਲੀਗਲੀ ਬੱਚਾ ਅਡੋਪਟ ਕਰਨਾ ਤਾਂ ਉਹ www.kara.in ਤੇ ਖੁਦ ਨੂੰ ਰਜਿਸਟਰ ਕਰਵਾਉਣਗੇ। ਉਹਦੇ ਵਿੱਚ ਕੁਝ ਡਾਕੂਮੈਂਟਸ ਨੇ ਜਿਵੇਂ ਮੈਰਿਜ ਸਰਟੀਫਿਕੇਟ ਚਾਹੀਦਾ ਹੁੰਦਾ ਔਰ ਆਧਾਰ ਕਾਰਡ ਵਗੈਰਾ ਚਾਹੀਦੇ ਹੁੰਦੇ ਆ, ਉਹ ਅਪਲੋਡ ਕਰਨਗੇ ਔਰ ਉੱਥੋਂ ਬੱਚਾ ਕਰ ਸਕਦੇ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਆ। ਅੱਜ ਅਸੀਂ ਬੋਲਦਾ ਪੰਜਾਬ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਵਿੱਚ ਬੱਚਾ ਗਰੋਹ ਗੈਂਗ ਜਿਹੜਾ ਲਗਾਤਾਰ ਫੈਲਦਾ ਜਾ ਰਿਹਾ, ਕਿਉਂਕਿ ਪਿੱਛੇ ਪੰਜਾਬ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸਲ ਹੋਈ ਹੈ ਵੀ ਬੱਚਾ ਗਰੋਹ ਨੂੰ ਜਿਹੜਾ ਕਾਬੂ ਕੀਤਾ। ਕੀ ਜੇਕਰ ਗੱਲ ਕੀਤੀ ਜਾਵੇ ਕਿ ਅਸਲ ਦੇ ਪ੍ਰੋਸੈਸ ਦੇ ਵਿੱਚ ਜੇਕਰ ਕਿਸੇ ਨੇ ਬੱਚਾ ਅਡੋਪਟ ਕਰਨਾ ਤਾਂ ਪ੍ਰੋਸੈਸ ਕੀ ਹੈ, ਪੂਰੀ ਪ੍ਰਕਿਰਿਆ ਕੀ ਹੈ, ਅੱਜ ਅਸੀਂ ਉਸ 'ਤੇ ਪੂਰੀ ਜਿਹੜੀ ਹੈ ਗੱਲਬਾਤ ਕਰਾਂਗੇ। ਇਹ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਰਹਿਣਗੇ। ਰਪਾਣਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਪਾਣਾ ਜੀ, ਅਕਸਰ ਹੀ ਆਪਾਂ ਜਿਹੜਾ ਅਖਬਾਰਾਂ ਦੇ ਵਿੱਚ ਜਾਂ ਚੈਨਲਾਂ ਦੇ ਵਿੱਚ ਖਬਰਾਂ ਦੇਖਦੇ ਹਾਂ ਵੀ ਬੱਚਾ ਗਰੋਹ ਇਸ ਸ਼ਹਿਰ ਦੇ ਵਿੱਚ ਬੱਚੇ ਚੱਕਿਆ ਗਿਆ, 1 ਕਰੋੜ ਦੀ ਫਰੋਤੀ ਮੰਗੀ ਹੈ ਜਾਂ 1 ਦੇ ਵਿੱਚ ਬੱਚਾ ਵੇਚਿਆ। ਕੀ ਜੇਕਰ ਆਪਾਂ ਪ੍ਰੋਸੈਸ ਦੇ ਸਾਹਮਣੇ ਦੇਖੀਏ, ਜੇਕਰ ਕਿਸੇ ਨੇ ਬੱਚਾ ਅਡੋਪਟ ਕਰਨਾ ਤਾਂ ਉਹਦਾ ਪ੍ਰੋਸੈਸ ਕੀ ਹੈ? ਦੇਖੋ, ਗੱਲ ਅਮਰ ਜੀ ਇਹ ਹੈ ਵੀ ਆਪਾਂ ਇੱਕ ਸਾਡੇ ਸਮਾਜ ਦੇ ਵਿੱਚ ਇੱਕ ਆਪਣੀ ਆਦਤ ਬਣ ਗਈ ਕਿ ਆਪਾਂ ਨੇ ਹਰ ਕੰਮ ਸ਼ੋਰਟ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਮਗਰ ਆਪਾਂ ਇੱਕ ਨੰਬਰ ਜਾਂ ਲੀਗਲੀ ਪ੍ਰੋਸੈਸ ਨਾਲ, ਦੇਖੋ ਲੀਗਲੀ ਪ੍ਰੋਸੈਸ ਕੋਈ ਵੀ ਹੋਵੇ ਉਹਨੂੰ ਸਮਾਂ ਜ਼ਰੂਰ ਲੱਗਦਾ, 15 ਦਿਨ, 10 ਦਿਨ, 20 ਦਿਨ, ਮਹੀਨਾ ਪ੍ਰੋਸੈਸ ਜ਼ਰੂਰ ਲੱਗਦਾ, ਪਰ ਉਹਦੀ ਜਿਹੜੀ ਕਾਨੂੰਨੀ ਕਾਰਵਾਈ ਹੈ, ਸਾਨੂੰ ਕਾਨੂੰਨੀ ਦਾਪੇਚਾਂ 'ਚੋਂ ਨਿਕਲਦੇ ਹੋਏ ਕਾਰਵਾਈ ਜਿਹੜੀ ਹੈ ਉਹ ਕਦੇ ਚੈਲੇਂਜ ਨਹੀਂ ਹੋ ਸਕਦੀ। ਠੀਕ ਹੈ, ਉਹ ਹੈਗਾ, ਪਰ ਅਸੀਂ ਕੋਸ਼ਿਸ਼ ਕੀ ਕਰਦੇ ਹਾਂ ਕਿ ਸਾਨੂੰ ਤਾਂ ਹੁੰਦਾ ਵੀ ਅਗਰ ਸਾਨੂੰ ਕੋਈ ਚੀਜ਼ ਦੀ ਲੋੜ ਆ, ਸਵੇਰੇ ਸੋਚਿਆ ਤਾਂ ਸ਼ਾਮ ਤੱਕ ਉਹ ਚੀਜ਼ ਹੋ ਜਾਣੀ ਚਾਹੀਦੀ ਹੈ। ਪੈਸੇ ਅਸੀਂ ਚਾਹੇ ਸਾਡਾ 1 ਲੱਖ ਰੁਪਇਆ ਲੱਗ ਜੇ, ਫਰੀ ਵਾਲੇ ਤਾਂ ਅਸੀਂ 1 ਲੱਖ ਰੁਪਇਆ ਦੇਣ ਲਈ ਤਿਆਰ ਹਾਂ, ਪਰ ਸ਼ੋਰਟਕੱਟ ਹੋਵੇ। ਠੀਕ ਹੈ, ਇਹ ਸਾਡੀ ਆਦਤ ਬਣ ਗਈ ਹੈ। ਹੁਣ ਜਿਹੜਾ ਬੱਚਾ ਚੋਰ ਗਰੋਹ ਆ, ਜਿਹੜਾ ਆਪਾਂ ਕਹਿੰਦੇ ਹਾਂ ਬੱਚਾ ਚੋਰ ਗਰੋਹ, ਉਹ ਕਰਦੇ ਕੀ ਹੈ? ਬੱਚਾ ਚੱਕਿਆ, ਅੱਗੇ ਬੱਚਾ ਵੇਚਿਆ, ਜਾਂ ਬੱਚਾ ਕਿਸੇ ਗਰੀਬ ਘਰ ਤੋਂ ਖਰੀਦਿਆ 10,000-20,000 ਚ, ਕਿਉਂਕਿ ਗਰੀਬ ਦੇ ਲਈ ਮੰਨ ਲਓ ਜੇ ਕੋਈ ਝੁੱਗੀ ਝੋਂਪੜੀ ਜਾਂ ਇੱਕ ਆਮ ਗਰੀਬ ਜਿਹੜਾ ਲੋਕ, ਅਗਰ ਉਹਦੇ ਲਈ 10,000-20,000-50,000 ਬਹੁਤ ਹੈ। ਠੀਕ ਹੈ, ਅਤੇ ਲੋਕ ਕਈ ਇਹੋ ਜਿਹੇ ਪੈ ਨੇ, ਉਹ ਕਹਿੰਦੇ ਨੇ ਵੀ ਸਾਨੂੰ ਚਾਹੇ 50,000 ਰੁਪਇਆ ਲੈ ਲਓ, 1 ਲੱਖ ਲੈ ਲਓ, 5 ਲੱਖ ਲੈ ਲਓ, ਪਰ ਸਾਨੂੰ ਬੱਚਾ ਚਾਹੀਦਾ। ਅਗਰ ਤੁਸੀਂ ਉੱਧਰ 50,000 ਦੇ ਕੇ ਅੱਗੇ 5 ਲੱਖ ਲੈ, 5 ਲੱਖ ਲੈ ਲਿਆ, ਤਾਂ ਤੁਸੀਂ 4.5 ਲੱਖ ਰੁਪਇਆ ਕਮਾ ਲਿਆ। ਮਤਲਬ ਇਹੋ ਜਿਹੇ ਜਿਹੜੇ ਗਰੋਹ ਨੇ ਇਹ ਲਗਾਤਾਰ ਸਰਗਰਮ ਨੇ, ਪਰ ਇਹੋ ਜਿਹਾ ਨਹੀਂ ਹੋਣਾ ਚਾਹੀਦਾ। ਸਾਡੇ ਸਮਾਜ ਦੇ ਵਿੱਚ ਇੱਕ ਕਾਨੂੰਨ ਹੈ, ਜਿਸ ਕਾਨੂੰਨ ਦੇ ਤਹਿਤ ਅਸੀਂ ਬੱਚਾ ਅਡੋਪਟ ਕਰ ਸਕਦੇ ਹਾਂ, ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜੇ ਚਾਈਲਡ ਪ੍ਰੋਟੈਕਸ਼ਨ ਅਫਸਰ ਨੇ, ਕਿ ਉਹ ਆਪਾਂ ਨੂੰ ਇਹ ਗੱਲ ਜ਼ਰੂਰ ਜਿਹੜੀ ਚਾਨਣਾ ਪਾਉਣਗੇ, ਸ਼ਾਇਨਾ ਕਪੂਰ, ਕਿ ਅਸੀਂ ਬੱਚਾ ਅਡੋਪਟ ਕਿਵੇਂ ਕਰ ਸਕਦੇ ਹਾਂ, ਤਰੀਕਾ ਕੀ ਹੈ, ਅਤੇ ਕਿਹੜੀ ਵੈਬਸਾਈਟ 'ਤੇ ਜਾ ਕੇ ਸਾਨੂੰ ਜਿਹੜਾ ਹੈਗਾ ਉਹਦੇ ਲਈ ਅਪਲਾਈ ਕਰਨਾ ਚਾਹੀਦਾ। ਆਪਾਂ ਉਹ ਸੁਣਦੇ ਉਹਨਾਂ ਨੇ ਕੀ ਕਿਹਾ, ਉਸ ਤੋਂ ਬਾਅਦ ਅਗਲੀ ਗੱਲਬਾਤ ਕਰਦੇ ਹਾਂ। ਤੋ ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ ਬਾਲ ਵਿਕਾਸ ਅਫਸਰ ਸ਼ਾਇਨਾ ਕਪੂਰ। ਮੈਡਮ ਜੀ, ਤੁਹਾਡਾ ਚੜ੍ਹਦੀ ਕਲਾ ਟਾਈਮ ਟੀ ਵੀ 'ਤੇ ਸਵਾਗਤ ਹੈ ਜੀ। ਹਾਂਜੀ, ਥੈਂਕ ਯੂ ਜੀ। ਅੱਛਾ, ਹੁਣ ਇੱਕ ਇਹ ਦੱਸੋ ਵੀ ਜਿਵੇਂ ਹੁਣ ਚੱਲ ਰਿਹਾ ਕਿ ਆਪਾਂ ਦੇਖ ਰਹੇ ਹਾਂ ਵੀ ਲੋਕ ਬੱਚਾ ਵੇਚਣ ਦੇ ਅਤੇ ਖਰੀਦੋ ਫਰੋਖਤ ਜਿਹੜੀ ਚੱਲ ਰਹੀ ਹੈ, ਅਤੇ ਉਹਦੇ 'ਚ ਅਗਰ ਕਿਸੇ ਨੇ ਬੱਚਾ ਅਡੋਪਟ ਕਰਨਾ ਹੋਵੇ 1 ਨੰਬਰ ਦੇ ਵਿੱਚ, ਉਹਦਾ ਪ੍ਰੋਸੀਜਰ ਕੀ, ਅਗਰ ਲੀਗਲੀ ਪ੍ਰੋਸੀਜਰ ਕੋਈ ਹੋਵੇ? ਜੀ, ਇਹਦੇ ਵਿੱਚ ਐਸਾ ਹੈ ਕਿ ਜਿੰਨੇ ਵੀ ਬੱਚੇ ਸਾਡੇ ਕੋਲ ਆਉਂਦੇ ਨੇ ਜਿਹੜੇ ਕਿਡਨੈਪ ਹੋ ਜਾਂਦੇ ਨੇ ਜਾਂ ਇਸ ਤਰ੍ਹਾਂ ਚਾਈਲਡ ਟ੍ਰੈਫਿਕਿੰਗ ਦੇ ਥਰੂ ਸਾਡੇ ਕੋਲ ਆਉਂਦੇ ਨੇ, ਇਹਨਾਂ ਨੂੰ ਅਸੀਂ ਆਪਣੀ ਅਡੋਪਸ਼ਨ ਏਜੰਸੀ ਦੇ ਵਿੱਚ ਰੱਖਦੇ ਹਾਂ। ਜੀ ਜੀ। ਔਰ ਇੱਕ ਗਵਰਨਮੈਂਟ ਦੀ ਵੈਬਸਾਈਟ ਹੈਗੀ ਹੈ www.kara.in। ਜੀ।
ਸੋ ਅਗਰ ਕਿਸੇ ਨੇ ਲੀਗਲੀ ਬੱਚਾ ਅਡੋਪਟ ਕਰਨਾ ਹੈ ਤਾਂ ਉਹ www.kara.in ਤੇ ਖੁਦ ਨੂੰ ਰਜਿਸਟਰ ਕਰਵਾਣਗੇ। ਜੀ ਉਹਦੇ ਵਿੱਚ ਕੁਝ ਡਾਕੂਮੈਂਟਸ ਨੇ ਜਿਵੇਂ ਮੈਰਿਜ ਸਰਟੀਫਿਕੇਟ ਚਾਹੀਦਾ ਹੁੰਦਾ ਹੈ ਔਰ ਆਧਾਰ ਕਾਰਡ ਵਗੈਰਾ ਚਾਹੀਦੇ ਹੁੰਦੇ ਆ, ਉਹ ਅਪਲੋਡ ਕਰਨਗੇ ਔਰ ਉੱਥੋਂ ਬੱਚਾ ਕਰ ਸਕਦੇ ਆ। ਜਿਵੇਂ ਕਿਉਂ ਇਹਦੀ ਕੋਈ ਉਮਰ ਲਿਮਿਟ ਹੈ ਕਿ ਆਪਾਂ ਇਸ ਏਜ ਤੱਕ ਬੱਚਾ ਜਿਹੜਾ ਹੈਗਾ ਅਡੋਪਟ ਕਰ ਸਕਦੇ ਹਾਂ, ਬੱਚੇ ਦੀ ਏਜ ਲਿਮਿਟ ਜਾਂ ਅੱਗੇ ਜਿਨ੍ਹਾਂ ਨੇ ਅਡੋਪਟ ਕਰਨਾ ਉਹਨਾਂ ਦੀ ਕੋਈ ਏਜ ਲਿਮਿਟ? ਜੀ ਬਿਲਕੁਲ, ਬੱਚਾ ਜਿਹੜੇ ਸਾਡੇ ਕੋਲ ਬੱਚੇ ਅਵੇਲੇਬਲ ਹੁੰਦੇ ਨੇ ਉਹ 0 to 18 ਸਾਲ ਤੱਕ ਦੇ ਹੁੰਦੇ ਨੇ। ਜੀ ਉਸ ਏਜ ਲਿਮਿਟ ਤੁਸੀਂ ਕੋਈ ਵੀ ਬੱਚਾ ਅਡੋਪਟ ਕਰ ਸਕਦੇ ਹੋ। ਜੀ ਪੇਰੈਂਟਸ ਜਿਹੜੇ ਹੈਗੇ ਨੇ ਉਹਨਾਂ ਦੀ ਅਸੀਂ ਟੋਟਲ ਏਜ ਕਾਊਂਟ ਕਰਦੇ ਹਾਂ, ਮਦਰ ਤੇ ਫਾਦਰ ਦੀ ਕਾਊਂਟ ਕਰਦੇ ਹਾਂ ਔਰ ਜੋ ਉਹਨਾਂ ਦੀ ਏਜ ਬਣ ਰਹੀ ਹੁੰਦੀ ਹੈ ਉਸ ਅਕੋਰਡਿੰਗ ਹੀ ਉਹਨਾਂ ਨੂੰ ਜਿਹੜਾ ਬੱਚਾ ਹੈ ਉਹ ਦਿੱਤਾ ਜਾਂਦਾ ਹੈ। ਫੋਰ ਐਗਜ਼ਾਮਪਲ ਅਗਰ ਯੰਗ ਪੇਰੈਂਟਸ ਨੇ ਤਾਂ ਉਹਨਾਂ ਨੂੰ ਛੋਟਾ ਬੱਚਾ ਮਿਲ ਜਾਂਦਾ ਹੈ 0 to 5 ਤੱਕ ਦਾ, ਲੇਕਿਨ ਅਗਰ ਪੇਰੈਂਟਸ ਦੀ ਏਜ ਜ਼ਿਆਦਾ ਹੋ ਰਹੀ ਹੈ ਤਾਂ ਫਿਰ ਉਹਨਾਂ ਨੂੰ ਬੱਚਾ ਵੀ ਥੋੜੀ ਜ਼ਿਆਦਾ ਬੜੀ ਏਜ ਦਾ ਮਿਲਦਾ ਹੈ, ਬੜੀ ਏਜ ਦਾ ਮਿਲੇਗਾ। ਜੀ ਜੀ ਮੈਮ, ਇਹ ਤਾਂ ਕੋਈ ਸਰਕਾਰੀ ਕੋਈ ਫੀਸ ਹੈ? ਅਗਰ ਜਿੱਦਾਂ ਹੁਣ ਆਪਾਂ ਦੇਖ ਰਹੇ ਹਾਂ ਕਿ ਬਾਹਰ ਲੋਕ ਲੱਖਾਂ ਰੁਪਏ 'ਚ ਬੱਚਾ ਖਰੀਦਣੇ, ਅਗਰ ਕੋਈ ਕਾਰਾ ਤੁਹਾਡੀ ਵੈਬਸਾਈਟ ਦੇ ਉੱਪਰ ਰਜਿਸਟਰਡ ਹੁੰਦਾ ਹੈ ਤਾਂ ਕੋਈ ਉਹਦੀ ਫੀਸ ਲੱਗੇਗੀ, ਕੋਈ ਇਦਾਂ ਦਾ ਪੈਸੇ ਦੇਣ? ਬਿਲਕੁਲ ਵੀ ਕੋਈ ਫੀਸ ਨਹੀਂ ਹੁੰਦੀ, ਸਿਰਫ ਔਰ ਸਿਰਫ ਇੱਕ ਸਾਡੀ ਸ਼ਰਤ ਹੁੰਦੀ ਹੈ ਕਿ ਤੁਸੀਂ ਬੱਚੇ ਦੇ ਨਾਮ ਜ਼ਰੂਰ ਕੁਝ ਡਿਪੋਜ਼ਿਟ ਕਰਾਓਗੇ, ਬੱਚੇ ਦਾ ਹੁੰਦਾ ਔਰ ਬੱਚਾ ਹੀ ਉਸਨੂੰ ਯੂਜ਼ ਕਰ ਸਕਦਾ, ਉਸ ਤੋਂ ਇਲਾਵਾ ਸਾਡੀ ਕੋਈ ਸਰਕਾਰੀ ਫੀਸ ਨਹੀਂ ਹੁੰਦੀ। ਜੀ ਮੇਰੇ ਇੱਕ ਆਖਰੀ ਸਵਾਲ, ਕੀ ਬੱਚਾ ਜਦੋਂ ਅਡੋਪਟ ਕਰਨਾ, ਜਿਨ੍ਹਾਂ ਨੇ ਅਡੋਪਟ ਕਰਨਾ, ਕੀ ਉਹਦੀ ਬੈਕਗ੍ਰਾਉਂਡ ਦੇਖੀ ਜਾਂਦੀ ਹੈ, ਕਿ ਉਹਦਾ ਇਹ ਦੇਖਿਆ ਜਾਏਗਾ ਕਿ ਉਹਦੇ ਕੋਲ ਪ੍ਰੋਪਰਟੀ ਵਗੈਰਾ ਹੈ ਜਾਂ ਨਹੀਂ ਹੈ, ਇਦਾਂ ਦਾ ਕੁਝ ਦੇਖਿਆ ਜਾਏਗਾ? ਬਿਲਕੁਲ, ਜਿੰਨੇ ਵੀ ਬੱਚੇ ਸਾਡੇ ਕੋਲ ਆਉਂਦੇ ਨੇ ਇਹ ਆਲਰੇਡੀ ਚਿਲਡਰਨ ਇਨ ਨੀਡ ਆਫ ਕੇਅਰ ਐਂਡ ਪ੍ਰੋਟੈਕਸ਼ਨ ਹੁੰਦੇ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਨੇ ਸੁੱਟ ਦਿੱਤਾ। ਜੀ ਜੀ ਬੈਕਗ੍ਰਾਉਂਡ ਚੈੱਕ ਕਰਵਾਉਂਦੇ ਆ ਸਾਡੇ ਸੋਸ਼ਲ ਵਰਕਰਸ ਹੁੰਦੇ ਆ ਔਰ ਅਗਰ ਅਸੀਂ ਐਪਟ ਪਾਉਂਦੇ ਆ ਕਿ ਇਹ ਲੋਕ ਬੱਚੇ ਦੀ ਜਿਹੜੀ ਪਰਵਰਿਸ਼ ਹੈ ਉਹਦੀ ਐਜੂਕੇਸ਼ਨ ਪ੍ਰੋਪਰਲੀ ਕਰ ਪਾਣਗੇ ਤਾਂ ਹੀ ਉਹਨਾਂ ਨੂੰ ਬੱਚਾ ਦਿੱਤਾ ਜਾਂਦਾ ਔਰ ਇਹ ਜਿਹੜਾ ਸਿਸਟਮ ਹੈ ਇਹ ਕੰਪਲੀਟਲੀ ਟ੍ਰਾਂਸਪੇਰੈਂਟ ਹੈ, ਇਹ ਕੰਪਿਊਟਰਾਈਜ਼ਡ ਹੈ। ਲਾਈਨ ਵਾਈਜ਼ ਤੁਹਾਡੀ ਜਦ ਟਰਨ ਆਏਗੀ ਉਦੋਂ ਜਿਹੜਾ ਬੱਚਾ ਅਵੇਲੇਬਲ ਹੋਏਗਾ ਉਹ ਬੱਚਾ ਤੁਹਾਨੂੰ ਮਿਲੇਗਾ। ਜੀ ਜੀ ਜੀ, ਥੈਂਕ ਯੂ ਮੈਮ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਵੈਲਕਮ ਸਰ। ਦੇਖੋ ਜਿਹੜੇ DCPO ਆ ਉਹਨਾਂ ਨੇ ਆਪਾਂ ਨੂੰ ਇਹ ਗੱਲ ਇੱਕ ਵੈਬਸਾਈਟ ਦੱਸੀ ਹੈ ਕਿ ਅਸੀਂ ਕਿਸ ਵੈਬਸਾਈਟ ਦੇ ਉੱਪਰ ਜਾ ਕੇ ਅਸੀਂ ਇੱਕ ਰਜਿਸਟ੍ਰੇਸ਼ਨ ਕਰਾਉਣੀ ਹੈ। ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਾਓ। ਬਿਲਕੁਲ, ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਸਾਨੂੰ ਬੱਚਾ ਜਿਹੜਾ ਹੈਗਾ ਉਹ ਸਰਕਾਰ ਦੇਵੇਗੀ, ਸਰਕਾਰ ਮਤਲਬ ਇੱਕ ਡਿਪਾਰਟਮੈਂਟ ਦੇਗਾ, ਜਿਹੜਾ ਸੰਬੰਧਿਤ ਡਿਪਾਰਟਮੈਂਟ ਆ ਉਹ ਆਪਣੇ ਟਾਈਅਪ ਆਪ ਕਰੇਗਾ। ਜਿਸ ਪਰਿਵਾਰ ਨੇ ਬੱਚਾ ਅਡੋਪਟ ਕਰਨਾ ਹੈ ਉਸ ਪਰਿਵਾਰ ਦੀ ਬੈਕਗ੍ਰਾਉਂਡ ਦੇਖੀ ਜਾਏਗੀ, ਉਸ ਪਰਿਵਾਰ ਦਾ ਸਾਰਾ ਹਿਸਾਬ ਕਿਤਾਬ ਦੇਖਿਆ ਜਾਏਗਾ ਕਿ ਪਰਿਵਾਰ ਕਿਸ ਕੈਟਾਗਰੀ ਤੋਂ ਬਿਲੋਂਗ ਕਰਦਾ, ਕਿੰਨੀ ਜਾਇਦਾਦ ਆ, ਕਿੰਨੀ ਜ਼ਮੀਨ ਆ, ਕੀ ਇਹੋ ਜਿਹਾ ਤਾਂ ਨਹੀਂ ਹੈਗਾ ਅਗਰ ਬੱਚਾ ਉਹਨਾਂ ਨੇ ਲੈ ਲਿਆ ਤਾਂ ਉਹ ਪੜ੍ਹਾ ਹੀ ਨਾ ਸਕਣ। ਬਿਲਕੁਲ, ਕੋਈ ਉਮਰ ਉਮਰ ਦੀ ਪਾਣਾ ਕੋਈ ਸੀਮਾ ਹੈ? ਬਿਲਕੁਲ, ਦੇਖੋ ਉਮਰ ਉਹਨਾਂ ਨੇ ਆਪਾਂ ਨੂੰ ਜ਼ਰੂਰ ਦੱਸੀ ਹੈ ਕਿ ਜਿਹੜੀ ਉਮਰ ਸੀਮਾ ਕੋਈ ਨਹੀਂ ਹੈ, ਬੱਚੇ ਦੀ ਉਮਰ ਜਿਹੜੀ ਇਹਨਾਂ ਕੋਲ ਮਿਲਦਾ ਉਹ 5 ਦਿਨ ਤੋਂ ਲੈ ਕੇ 18 ਸਾਲ ਤੱਕ ਜਿਹੜਾ ਬੱਚਾ ਉਹ ਅਡੋਪਟ ਕਰ ਸਕਦੇ ਹਾਂ। ਕਿਉਂਕਿ ਕਈ ਵਾਰ ਆਪਾਂ ਦੇਖਦੇ ਹਾਂ ਕਿ ਸੜਕ ਕਿਨਾਰੇ ਬੱਚਾ ਮਿਲਿਆ, ਕਈ ਵਾਰ ਕੋਈ ਲਵਾਰਸ ਮਿਲ ਗਿਆ, ਜਿਹੜੇ ਇਹੋ ਜਿਹੇ ਬੱਚੇ ਆ ਉਹ ਇਸ ਡਿਪਾਰਟਮੈਂਟ ਦੇ ਕੋਲ ਹੁੰਦੇ ਨੇ ਜਿਨ੍ਹਾਂ ਨੂੰ ਅਡੋਪਟ ਕੀਤਾ ਜਾ ਸਕਦਾ। ਪਰ ਗੱਲ ਇਹ ਹੈ ਵੀ ਜਿਹੜਾ ਪਰਿਵਾਰ ਬੱਚਾ ਅਡੋਪਟ ਕਰਨਾ ਚਾਹੁੰਦਾ ਹੈ ਸਰਕਾਰ ਇਹ ਦੇਖਦੀ ਹੈ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਕੀ ਉਹ ਪਰਿਵਾਰ ਬੱਚੇ ਦਾ ਪਾਲਣ ਪੋਸ਼ਣ ਕਰ ਸਕਦਾ। ਬਿਲਕੁਲ ਠੀਕ, ਇਹ ਨਾ ਹੋਵੇ ਕਿ ਬੱਚਾ ਅਡੋਪਟ ਕਰ ਲਿਆ, 2 ਮਹੀਨਿਆਂ ਬਾਅਦ, 6 ਮਹੀਨਿਆਂ ਬਾਅਦ, ਸਾਲ ਬਾਅਦ ਬੱਚਾ ਫਿਰ ਵਾਪਿਸ ਆ ਜਾਏ, ਉਹ ਕਹੇ ਜੀ ਬੱਚੇ ਨੂੰ ਤਾਂ ਕੋਈ ਤਾਂ ਪਾਲਣ ਪੋਸ਼ਣ ਨਹੀਂ ਹੋ ਰਿਹਾ, ਬੱਚਾ ਕਹੇ ਜੀ ਮੈਨੂੰ ਤਾਂ ਖਾਣ ਨੂੰ ਰੋਟੀ ਨਹੀਂ ਮਿਲ ਰਹੀ, ਬੱਚਾ ਕਹੇ ਜੀ ਮੈਂ ਪੜ੍ਹਨਾ ਚਾਹੁੰਦਾ, ਮੈਨੂੰ ਤਾਂ ਪਰਿਵਾਰ ਪੜ੍ਹਾ ਹੀ ਨਹੀਂ ਰਿਹਾ। ਠੀਕ ਹੈ, ਬੱਚਾ ਪਰਿਵਾਰ ਕੋਲ ਆਪਣੇ ਕੋਲ ਰਹਿਣ ਲਈ ਜਗ੍ਹਾ ਨਹੀਂ ਹੈ ਅਤੇ ਬੱਚੇ ਨੂੰ ਕੀ ਮਿਲੇਗਾ? ਠੀਕ ਹੈ, ਬੱਚਾ ਫਿਰ ਵਾਪਿਸ ਉੱਥੇ ਚਲੇ ਜਾਵੇ। ਇਸ ਕਰਕੇ ਸਰਕਾਰ ਸਾਰਾ ਕੁਝ ਚੈੱਕ ਕਰੇਗੀ,
ਬੱਚੇ ਲਈ। ਫਿਰ ਦੂਜੀ ਗੱਲ, ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਤੁਸੀਂ ਬੱਚਾ ਅਡੋਪਟ ਕਰ ਲਿਆ ਤਾਂ ਉਸ ਬੱਚੇ ਦੇ ਨਾਮ 'ਤੇ ਤੁਹਾਨੂੰ ਕੁਝ ਜ਼ਰੂਰ ਜਿਹੜਾ ਹੈਗਾ ਉਹ ਲਿਖਾਉਣਾ ਪਏਗਾ। ਮੰਨ ਲਓ ਤੁਹਾਨੂੰ ਪ੍ਰੋਪਰਟੀ ਕਰਾਉਣੀ ਪਏਗੀ ਜਾਂ ਕੋਈ FD ਹੋਗੀ ਤਾਂ ਕਿ ਇਹ ਹੋਵੇ ਖਾਤੇ ਦੇ ਵਿੱਚ ਕੁਛ ਨਾ ਕੁਛ ਕੁਝ ਨਾ ਕੁਝ ਦੇਣਾ ਹੋਵੇ, ਇਹ ਹੋਵੇ। ਮੰਨ ਲਓ ਇਹ ਨਾ ਹੋਵੇ ਕਿ ਸਾਲ ਬਾਅਦ ਜਾਂ 2 ਸਾਲ ਬਾਅਦ ਤੁਸੀਂ ਕਹੋ ਵੀ ਜੀ ਅਸੀਂ ਤਾਂ ਬੱਚੇ ਨੂੰ ਕੋਈ ਦੇ ਨਹੀਂ ਸਕਦੇ, ਠੀਕ ਹੈ, ਅਤੇ ਤੁਸੀਂ ਪਹਿਲਾਂ ਤਾਂ 2-3 ਸਾਲ 4 ਸਾਲ 5 ਸਾਲ ਰੱਖਿਆ, ਉਸ ਤੋਂ ਬਾਅਦ ਤੁਹਾਡੀ ਕਿਸੇ ਤਰੀਕੇ ਨਾਲ ਚਲੋ ਆਪਸੀ ਅਣਬਣ ਹੋ ਗਈ, ਉਸ ਤੋਂ ਬਾਅਦ ਬੱਚਾ ਤੁਸੀਂ ਕੋਈ ਵਾਪਸ ਲੈ ਲਓ, ਇਹ ਨਹੀਂ ਗਾ। ਅਗਰ ਜੇ ਤੁਸੀਂ ਬੱਚਾ ਵਾਪਸ ਗਿਰੋ ਕਰ, ਤੁਹਾਡੇ ਦਿਲ 'ਚ ਇੱਕ ਡਰ ਜ਼ਰੂਰ ਹੋਵੇ ਕਿ ਜਿਹੜੀ ਇਹ ਚੀਜ਼ ਹੈ ਜਾਂ ਪ੍ਰੋਪਰਟੀ ਆ ਅਸੀਂ ਬੱਚੇ ਦੇ ਨਾਮ 'ਤੇ ਕਰਾ ਚੁੱਕੇ, ਅਗਰ ਜੇ ਬੱਚੇ ਨੂੰ ਛੱਡਾਂਗੇ ਤਾਂ ਪ੍ਰੋਪਰਟੀ ਬੱਚੇ ਦੇ ਨਾਲ ਜਾਏਗੀ, ਅਗਰ ਅਸੀਂ FD ਬੱਚੇ ਦੇ ਨਾਂ 'ਤੇ ਕਰਾ ਚੁੱਕੇ ਹਾਂ ਤਾਂ FD ਬੱਚੇ ਦੇ ਨਾਲ ਜਾਏਗੀ। ਇਹ ਨਹੀਂ ਹੈਗਾ ਕਿ ਤੁਸੀਂ ਬੱਚਾ ਫ੍ਰੀ ਉਹ ਲੈ ਲਿਆ ਅਤੇ ਬਾਅਦ ਦੇ ਵਿੱਚ ਫ੍ਰੀ 5 ਸਾਲ ਬਾਅਦ ਵਾਪਸ ਕਰਤਾ, ਵੈਸੇ ਤਾਂ ਰੱਖਣਾ ਨਹੀਂ ਗਾ। ਔਰ ਦੂਜੀ ਗੱਲ, ਬੱਚਾ ਅਡੋਪਟ ਕਰਨ ਦੇ ਲਈ ਕੋਈ ਪੈਸਾ ਨਹੀਂ ਲੱਗਦਾ। ਅੱਛਾ, ਯਾਨੀ ਕਿ ਕੋਈ ਚਾਰਜ, ਕੋਈ ਚਾਰਜੇਬਲ ਨਹੀਂ ਹੈਗਾ। ਸਰਕਾਰ ਸੀ ਕਿ ਸਰਕਾਰ ਤੁਹਾਡੀ ਬੈਕਗ੍ਰਾਉਂਡ ਬਾਕੀ ਜਿਹੜਾ ਹੈਗਾ ਤੁਹਾਡੀ ਜ਼ਮੀਨ ਦਾ ਦੇਖੇਗੀ ਜ਼ਰੂਰ, ਪਰ ਬੱਚੇ ਨੂੰ ਅਡੋਪਟ ਕਰਨ ਦੇ ਲਈ ਸਰਕਾਰ ਦੀ ਕੋਈ ਫੀਸ ਨਹੀਂ ਔਰ ਕੋਈ ਪੈਸਾ ਨਹੀਂ ਲੱਗੇਗਾ। ਹੁਣ ਦੇਖੋ ਤੁਸੀਂ, ਇੱਕ ਪਾਸੇ ਤਾਂ ਲੀਗਲੀ ਪ੍ਰੋਸੈਸ 'ਚੋਂ ਲੰਘਦੇ ਹੋਏ ਆਪਾਂ ਅਸੀਂ ਬੱਚਾ ਅਡੋਪਟ ਕਰਨ ਲਈ ਸਾਡੇ ਕੋਲ ਇੱਕ ਤਰੀਕਾ ਹੈਗਾ ਕਿ ਅਸੀਂ ਬੱਚੇ ਨੂੰ ਅਡੋਪਟ ਕਰ ਸਕਦੇ ਹਾਂ, ਉਹ ਇੱਕ ਫ੍ਰੀ ਐਂਡ ਕੋਸਟ ਹੈ। ਦੂਜੇ ਪਾਸੇ ਅਸੀਂ ਇੱਕ ਸਾਡਾ ਗਰੋਹ ਸਰਗਰਮ ਹੋ ਰਹੇ ਨੇ ਸਾਡੇ ਸਮਾਜ ਦੇ ਵਿੱਚ ਕਿ ਉਹ ਲੱਖਾਂ ਰੁਪਏ 'ਚ ਬੱਚਾ ਵੇਚ ਰਿਹਾ, 2 ਲੱਖ, 3 ਲੱਖ, 4 ਲੱਖ, 5 ਰੁਪਏ ਲੱਖ, 5 ਲੱਖ, ਲੱਖਾਂ ਰੁਪਏ 'ਚ ਬੱਚਾ ਵੇਚ ਰਿਹਾ। ਹੁਣ ਜਿਹੜਾ ਪਰਿਵਾਰ 4 ਜਾਂ 5 ਲੱਖ ਰੁਪਈਆ ਦੇ ਕੇ ਬੱਚਾ ਲੈ ਰਿਹਾ ਤਾਂ ਕੀ ਉਹ ਬੱਚਾ ਫ੍ਰੀ ਕਿਉਂ ਨਹੀਂ ਲੈ ਰਹੇ? ਉਹ ਸਰਕਾਰ ਤੱਕ ਪਹੁੰਚ ਕਿਉਂ ਨਹੀਂ ਕਰ ਰਹੇ ਵੀ ਸਾਨੂੰ ਫ੍ਰੀ ਬੱਚਾ ਅਡੋਪਟ ਕਰਾਓ? ਮਤਲਬ ਇਹ ਵੀ ਤਾਂ ਇੱਕ ਸੋਚਣ ਵਾਲੀ ਗੱਲ ਹੈ ਨਾ ਵੀ ਅਸੀਂ ਸਰਕਾਰ ਤੱਕ ਪਹੁੰਚ ਨਹੀਂ ਕਰਨੀ, ਡਿਪਾਰਟਮੈਂਟ ਤੱਕ ਪਹੁੰਚ ਨਹੀਂ ਕਰਨੀ ਕਿ ਅਸੀਂ ਬੱਚਾ ਅਡੋਪਟ ਕਰਨਾ, ਸਾਨੂੰ ਫ੍ਰੀ ਲਈ ਜਿਹੜਾ ਹੈਗਾ ਬੱਚਾ ਚਾਹੀਦਾ। ਨਾਲੇ ਉਹਦੇ 'ਚ ਫਿਰ ਹੈ, ਜਦੋਂ ਤੁਸੀਂ ਇਹੋ ਜਿਹੇ ਤਰੀਕੇ 'ਚੋਂ ਬੱਚਾ ਲੈ ਕੇ ਜਿਹੜਾ ਅਡੋਪਟ ਕਰੋਗੇ, ਮੰਨ ਲਓ 5 ਲੱਖ ਰੁਪਈਆ 2 ਲੱਖ ਜਾਂ ਇਹੋ ਜਿਹੇ ਗਰੋਹਾਂ ਤੋਂ ਜਿਹੜਾ ਹੈਗਾ ਬੱਚਾ ਤੁਸੀਂ ਲਓਗੇ ਤਾਂ ਕੱਲ੍ਹ ਨੂੰ ਤੁਹਾਨੂੰ ਵੀ ਤਾਂ ਕਾਨੂੰਨੀ ਜਿਹੜਾ ਹੈਗਾ ਕਾਨੂੰਨ ਦਾ ਸਾਹਮਣਾ ਕਰਨਾ ਪਏਗਾ ਨਾ, ਤੁਹਾਨੂੰ ਵੀ ਕੇਸ ਦਾ ਸਾਹਮਣਾ ਕਰਨਾ ਪਏਗਾ। ਇਹ ਤਾਂ ਹੈ ਨਹੀਂ ਗਾ ਵੀ ਜਿਹੜਾ ਗਰੋਹ ਹੈ ਅਗਰ ਉਹਨੇ ਬੱਚਾ ਚੋਰੀ ਕਰ ਲਿਆ ਉਹ ਤਾਂ ਫਸ ਗਿਆ, ਅੱਗੇ ਜਿਹਨੂੰ ਬੱਚਾ ਦਿਓਗੇ ਉਹ ਪਰਿਵਾਰ ਵੀ ਤਾਂ ਨਾਲ ਜਾਏਗਾ ਨਾ, ਉਹ ਵੀ 120 ਵਿੱਚ ਉਹਦਾ ਕੇਸ ਫਸੇਗਾ ਨਾ ਪੰਜਾਬ ਦੇ ਜਿਹੜਾ ਘਟਨਾਵਾਂ ਹੋਈਆਂ। ਹਾਂ ਬਿਲਕੁਲ, ਆਪਾਂ ਕੱਲ ਹੀ ਦੇਖਿਆ ਕਿ ਪਟਿਆਲੇ ਦੇ ਵਿੱਚ ਜਿਹੜੇ 2 ਗਰੋਹ ਫੜੇ ਆ, 1 ਤੋਂ 5 ਦਿਨ ਦਾ ਬੱਚਾ ਮਿਲਿਆ। ਹਾਂ ਬਿਲਕੁਲ, ਤੇ 1 ਚੋਂ ਮੇਰੇ ਖਿਆਲ ਸ਼ਾਇਦ ਉਹਦੀ ਉਮਰ ਮਹੀਨੇ ਦੇ ਆਸ-ਪਾਸ ਹੈਗੀ ਆ, 2 ਬੱਚੇ ਬਰਾਮਦ ਕੀਤੇ ਆ। ਹੋਰ ਵੀ ਜਿਹੜਾ ਪਤਾ ਲੱਗ ਰਿਹਾ ਵੀ ਹੋਰ ਕਿੱਥੇ-ਕਿੱਥੇ ਬੱਚੇ ਵਿੱਚ ਕਲਾਸਾਂ ਹੋ ਰਹੀਆਂ। ਅਮਰਜੀ ਦੇਖੋ ਤਾਂ ਇਹ ਆ ਵੀ ਜਦੋਂ 1 ਗਰੋਹ ਫੜਿਆ ਜਾਂਦਾ ਜਿੰਨੀ ਦੇਰ ਉਹ ਨਹੀਂ ਫੜਿਆ ਗਿਆ ਉਨੀ ਦੇਰ ਉਹ 10 ਘਟਨਾਵਾਂ ਨੂੰ ਅੰਜਾਮ ਦੇ ਦੇ, 20 ਨੂੰ ਦੇ ਦੇ, 2 ਨੂੰ ਦੇ ਦੇ, 4 ਨੂੰ ਦੇ ਦੇ। ਜਦੋਂ 1 ਵਾਰ 1 ਗਰੋਹ ਫੜ ਲਿਆ ਤਾਂ ਉਸ ਤੋਂ ਬਾਅਦ ਜੋ ਤੁਸੀਂ ਘਟਨਾਵਾਂ ਪਿੱਛੇ ਕੀਤੀਆਂ ਉਹ ਸਾਰੀਆਂ ਤੁਹਾਡੀਆਂ, ਉਹ ਤੁਹਾਨੂੰ ਮੰਨਣਾ ਪੈਣਾ ਹੀ ਪੈਣਾ। ਬਿਲਕੁਲ ਠੀਕ ਹੈ, ਇਹ ਤਾਂ ਪੱਕਾ ਹੈ ਕਿ ਯਾਰ ਉਸ ਦੀ ਗੱਲ। ਜੇ ਹੁਣ ਕਿਸੇ ਨੇ ਉਹਨਾਂ ਤੋਂ ਬੱਚਾ ਮੰਨ ਲਓ ਵੀ 6 ਮਹੀਨੇ ਪਹਿਲਾਂ ਲੈ ਲਿਆ ਜਾਂ ਸਾਲ ਪਹਿਲਾਂ ਲੈ ਲਿਆ, ਪੈਸੇ ਵੀ ਦਿੱਤੇ ਅਤੇ ਉਸ ਤੋਂ ਬਾਅਦ 6 ਮਹੀਨਿਆਂ ਬਾਅਦ ਜਾਂ ਸਾਲ ਬਾਅਦ ਉਹ ਗਰੋਹ ਜਿੱਥੋਂ ਤੁਸੀਂ ਬੱਚਾ ਲਿਆ, ਬੱਚਾ ਗਰੋਹ ਫੜਿਆ ਗਿਆ, ਤਾਂ ਫਿਰ ਪੁਲਿਸ ਤੁਹਾਡੇ ਕੋਲ ਤਾਂ ਫਿਰ ਵੀ ਆਏਗੀ ਨਾ ਕਿ ਤੁਸੀਂ ਸਾਲ ਬਾਅਦ ਇਹਨਾਂ ਤੋਂ ਇੰਨੇ ਪੈਸੇ ਦੇ ਕੇ ਬੱਚਾ ਲਿਆ ਸੀ। ਹਾਂ ਬਿਲਕੁਲ, ਅੱਗੇ ਤੱਕ ਚੈਨ ਕੱਢੀ ਤਾਂ ਅੱਗੇ ਜੋਗੇ ਜਿਹੜੀ ਚੇਨ ਸਿਸਟਮ ਬਣ ਜਾਏਗਾ। ਇਸ ਕਰਕੇ ਲੋਕਾਂ ਨੂੰ ਮੇਰੇ ਖਿਆਲ ਦੇ ਵਿੱਚ ਇਹ ਚੀਜ਼ ਜਿਹੜੀ ਹੈਗੀ ਹੈ ਜ਼ਿਆਦਾ ਜ਼ਰੂਰੀ ਹੋਣੀ ਚਾਹੀਦੀ ਹੈ ਕਿ ਜਦੋਂ ਇੱਕ ਤਾਂ ਇਹ ਹੋਵੇ ਨਾ ਕਿ ਆਪਾਂ ਲੈ ਹੀ ਨਹੀਂ ਸਕਦੇ ਵੀ ਸਾਡਾ ਕਾਨੂੰਨ ਇਜਾਜ਼ਤ ਹੀ ਨਹੀਂ ਦਿੰਦਾ, ਫਿਰ ਤਾਂ ਆਪਾਂ 4-4, 5-5, 8-8 ਲੱਖ ਰੁਪਈਆ ਦੇ ਕੇ ਬੱਚਾ ਚੋਰੀ ਲਈਏ, 2 ਨੰਬਰ ਦੇ ਵਿੱਚ ਲਈਏ, ਜਾਅਲੀ ਤਰੀਕੇ ਨਾਲ ਬੱਚਾ ਅਡੋਪਟ ਕਰੀਏ। ਜਦੋਂ ਸਾਡੇ ਸਮਾਜ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਇੱਕ ਸਾਡਾ ਕਾਨੂੰਨ ਹੈ, ਇੱਕ ਕਾਨੂੰਨ ਦਾ ਦਾਇਰਾ ਹੈ ਵੀ ਤੁਸੀਂ ਇਸ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਬੱਚਾ ਅਡੋਪਟ ਕਰ ਸਕਦੇ, ਠੀਕ ਹੈ, ਜਾਂ ਫਿਰ ਇਹ ਹੋਵੇ ਕਿ ਤੁਹਾਡੇ ਕੋਲ ਪੈਸੇ ਹੀ ਹੈ ਨਹੀਂ, ਕੋਈ ਤੁਹਾਨੂੰ ਬੱਚਾ ਫ੍ਰੀ ਦੇ ਗਿਆ, ਫਿਰ ਵੀ ਹੈ। ਜਦੋਂ ਸਰਕਾਰ ਤੁਹਾਨੂੰ ਬੱਚਾ ਫ੍ਰੀ ਦੇ ਰਹੀ ਹੈ ਤੁਸੀਂ 5 ਲੱਖ ਦੇ ਕੇ ਕਿਉਂ ਲੈ ਰਹੇ ਹੋ? ਬਿਲਕੁਲ,
ਤੁਸੀਂ ਜਿਹੜਾ ਪੈਸਾ 5 ਲੱਖ ਜਾਂ 2 ਲੱਖ ਇੱਕ ਗਰੋਹ ਨੂੰ ਦੇ ਕੇ ਜਿਹੜਾ ਹੈਗਾ ਬੱਚਾ ਲੈ ਲਿਓ, ਤਾਂ ਜੇਕਰ ਤੁਸੀਂ ਉਹੀ ਬੱਚਾ ਸਰਕਾਰ ਤੋਂ ਫ੍ਰੀ ਲੈ ਕੇ ਜਿਹੜਾ 5 ਲੱਖ 2 ਲੱਖ 10 ਲੱਖ ਗਰੋਹ ਨੂੰ ਦੇਣਾ, ਤੁਸੀਂ ਉਹ ਬੱਚੇ ਦੇ ਨਾਮ ਤੇ ਕਰਾਓ, ਬੱਚੇ ਦੇ ਨਾਮ ਤੇ FD ਕਰਾਓ, ਬੱਚੇ ਦਾ ਭਵਿੱਖ ਬਣੇ, ਬੱਚੇ ਦਾ ਭਵਿੱਖ ਬਣੇਗਾ, ਬੱਚੇ ਦੇ ਪੜ੍ਹਾਈ ਤੇ ਲਾਓ। ਇਸ ਕਰਕੇ ਸਾਡੀ ਤਾਂ ਲੋਕਾਂ ਨੂੰ ਇਹੀ ਅਪੀਲ ਆ ਕਿ ਜਿਹੜੀ ਸਰਕਾਰ ਦਾ ਕਾਨੂੰਨ ਹੈ, ਸਰਕਾਰ ਦਾ ਇੱਕ ਵਿਭਾਗ ਹੈ ਜਿਹੜਾ ਬੱਚਾ ਅਡੋਪਟ ਕਰਨ ਲਈ ਤੁਹਾਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਬੱਚਾ ਅਡੋਪਟ ਕਰਾਉਂਦਾ, ਠੀਕ ਹੈ। ਇਸ ਕਰਕੇ ਉਹ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਆਪਾਂ ਨੂੰ ਜਿਹੜਾ ਹੈਗਾ ਇਹੋ ਜਿਹੀ ਕਾਰਵਾਈ ਕਰਨੀ ਚਾਹੀਦੀ, ਇਹੋ ਜਿਹੇ ਗਰੋਹਾਂ ਦੇ ਜਾਲ ਵਿੱਚ ਨਹੀਂ ਫਸਣਾ ਚਾਹੀਦਾ। ਕਿਉਂ? ਕਿਉਂਕਿ ਇਹ ਅੱਜ ਨਹੀਂ ਕੱਲ੍ਹ, 6 ਮਹੀਨੇ, ਸਾਲ, 2 ਸਾਲ ਤੁਸੀਂ ਕਾਨੂੰਨੀ ਦਾਇਰੇ ਦੇ ਵਿੱਚ ਆ ਹੀ ਜਾਣਾ, ਤੁਸੀਂ ਕਾਨੂੰਨ ਦੇ ਚੱਕਰ 'ਚ ਫਸ ਹੀ ਜਾਣਾ। ਜਿਸ ਦਿਨ ਉਹ ਗਰੋਹ ਫੜਿਆ ਗਿਆ ਤਾਂ ਤੁਸੀਂ ਵੀ ਉਸਦੇ ਨਾਲ ਹੀ ਫੜ ਜਾਣਾ, ਸਾਲ, 2 ਸਾਲ, 5 ਸਾਲ, ਇੰਨਾ ਕੁ ਤੁਹਾਡਾ ਗੈਪ ਪੈ ਸਕਦਾ, ਪਰ ਫੜਿਆ ਫਿਰ ਜਾਣਾ ਹੀ ਹੈ। ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਸਰਕਾਰ ਵੱਲੋਂ ਬਣਾਏ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਬੱਚੇ ਅਡੋਪਟ ਕਰੋ, ਇਹੋ ਜਿਹੇ ਗਰੋਹਾਂ ਦੇ ਚੱਕਰ ਵਿੱਚ ਨਹੀਂ ਫਸਣਾ ਚਾਹੀਦਾ। ਠੀਕ ਹੈ, ਬੜੀ ਬਹੁਤ ਧੰਨਵਾਦ। ਸੋ ਬਿਲਕੁਲ, ਅਸੀਂ ਵੀ ਬੋਲਦਾ ਪੰਜਾਬ ਦੇ ਮਾਧਿਅਮ ਦੇ ਰਾਹੀਂ ਅਤੇ ਚੜ੍ਹਦੀ ਕਲਾ ਟਾਈਮ TV ਦੇ ਮਾਧਿਅਮ ਦੇ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਹਾਂ, ਜੇਕਰ ਕਿਸੇ ਨੂੰ ਬੱਚਾ ਚਾਹੀਦਾ, ਯਾਨੀ ਕਿ ਬੱਚਾ ਅਡੋਪਟ ਕਰਨਾ, ਤਾਂ ਸਹੀ ਤਰੀਕੇ ਦੇ ਨਾਲ, ਸਹੀ ਵੇਵ ਦੇ ਨਾਲ, ਕਾਨੂੰਨੀ ਪ੍ਰਕਿਰਿਆ ਦੇ ਨਾਲ ਜਿਹੜਾ ਬੱਚਾ ਲਵੋ, ਤਾਂ ਜੋ ਉਹ ਬੱਚੇ ਦਾ ਵੀ ਭਵਿੱਖ ਸਹੀ ਹੋਵੇ ਅਤੇ ਬੱਚਾ ਅੱਗੇ ਜਿਹੜਾ ਜਾ ਕੇ ਆਪਣਾ ਜਿਹੜਾ ਸਹੀ ਜਿਹੜਾ ਭਵਿੱਖ ਬਣਾ ਸਕੇ। ਮੈਨੂੰ ਅਤੇ ਮੇਰੇ ਸਹਿਯੋਗੀ ਨੂੰ ਦਿਓ ਇਜਾਜ਼ਤ। ਧੰਨਵਾਦ।